नमस्कार, तुसी वेख रहे हो जगबाणी टीवी ते मैं हारून चोपड़ा। इस वेले असीं मौजूद हाँ जलंधर जिले के पिंड नगजा च। इस पिंड का नाम नगजा किवें पिया अज जिथे इस बारे गलबात करांगे उत्थे ही तुसी मेरे पिछे वेख सकते हो धार्मिक स्थान है जिथे कि पीर बाबे की एक दरगाह दसी जा रही है। ये वो स्थान है जिस दे नाम के उत्ते नगजा पिंड का नाम नगजा पिया। दरअसल दसिया जाता है कि पीर बाबा की जो जगह है वो नगजा पीर का स्थान है। नौ गजा पीर यानी कि नौ गज के बाबा जी दसे जाते सन, जो कि 27 से 28 फुट उन्हों का कद से जिन्हों के नाम से इस पिंड का नाम पिया नगजा ਜਾ ਪੀਰ ਦੀ ਜਗ੍ਹਾ ਦੇ। ਇੱਥੇ ਪਿੰਡ ਵਾਸੀਆਂ ਨਾਲ ਮੌਜੂਦ ਨੇ, ਉਹਨਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਤੇ ਜਾਣਦੇ ਇਸ ਪਿੰਡ ਦੇ ਇਤਿਹਾਸ ਬਾਰੇ। ਇਸ ਵੇਲੇ ਨਗਜਾ ਪਿੰਡ ਦੇ ਮੇਰੇ ਨਾਲ ਪੂਰੇ ਕਮੇਟੀ ਮੈਂਬਰ ਮੌਜੂਦ ਨੇ, ਪਿੰਡ ਦੇ ਸਰਪੰਚ ਸਾਡੇ ਨਾਲ ਮੌਜੂਦ ਨੇ। ਸਰਪੰਚ ਸਾਹਿਬ, ਕੀ ਹੈ ਇਸ ਜਗ੍ਹਾ ਦਾ ਇਤਿਹਾਸ ਕੀ ਹੈ? ਹਾਂਜੀ, ਪਹਿਲਾਂ ਤਾਂ ਤੁਹਾਡਾ ਆਪਣੇ ਪੰਜਾਬ ਕੇਸਰੀਆਂ ਆਉਣ ਦੇ ਬਹੁਤ ਧੰਨਵਾਦ ਕਰਦੇ ਹਾਂ ਜੋ ਪਿੰਡ ਦੇ ਵਿੱਚ ਆਏ ਤੁਸੀਂ। ਬਾਕੀ ਜਿਹੜਾ ਇਤਿਹਾਸ ਆ ਇਹਨੂੰ ਇਹਨਾਂ ਦਾ ਸਾਨੂੰ ਨਹੀਂ ਇੰਨਾ ਪਤਾ ਜੀ ਇਹਦੇ ਬਾਰੇ, ਪਰ ਇੰਨਾ ਵੀ ਜਿਹੜਾ ਸਾਡੇ ਪਿੰਡ ਦਾ ਨਾਂ ਇਹਨਾਂ ਦੇ ਨਾਂ 'ਤੇ ਪਿਆ ਆ ਜੀ, ਨੌਗਾ ਜਗ੍ਹਾ। ਹਾਂਜੀ ਹਾਂਜੀ, ਅਤੇ ਬਾਕੀ ਇਹਨਾਂ ਬਜ਼ੁਰਗਾਂ ਨੂੰ ਜ਼ਿਆਦਾ, ਸਾਡੇ ਤਾਂ ਬਜ਼ੁਰਗਾਂ ਨੂੰ ਜ਼ਿਆਦਾ ਪਤਾ। ਬਜ਼ੁਰਗਾਂ ਨੂੰ ਜ਼ਰੂਰ ਪੁੱਛਣਾ ਚਾਹਾਂਗਾ ਕਿ ਬਾਬਾ ਜੀ ਬਾਰੇ ਕਿਹਾ ਜਾਂਦਾ ਕਿ ਨੌ ਗਜ਼ਾ ਥਾਂ ਸੀ, ਨੌ ਗਜ਼ਾ ਪੀਰ ਅਤੇ ਨੌ ਗਜ਼ਾ ਪਿੰਡ ਦਾ ਨਾਮ ਰੱਖਿਆ ਗਿਆ ਕਿ ਬਾਬਾ ਜੀ ਨੌ ਗਜ਼ ਦੇ ਸੀ, ਇਹ ਮਾਨਤਾ ਹੈ ਜੀ? ਇਹ ਮਾਨਤਾ ਜੀ ਇਹਨਾਂ ਦੀ ਪੂਰੀ, ਜਿਉਂ ਵੀ ਸਾਡੀ ਸੁਰਤ ਹੋਈ ਹੈ, ਮੇਰੀ ਤਕਰੀਬਨ 80 ਕੁ ਸਾਲ ਦੀ ਉਮਰ ਹੈ, ਅਤੇ ਜੋ ਵੀ ਇਹਨਾਂ ਦੇ ਅਸੀਂ ਮੁੜ ਤੋਂ ਦੇਖਦੇ ਆਏ ਹਾਂ ਜੀ। ਜਿੱਦਾਂ ਮੈਂ ਪਹਿਲਾਂ ਵੀ ਅਰਜ਼ ਕੀਤੀ ਆ ਵੀ ਇਹਨਾਂ ਦੀ ਜਿਹੜੀ ਨੌ ਗਜ਼ ਆ ਨਾ, ਜੇ ਗਜ਼ਾਂ ਨਾ ਮਿਲੋਗੇ ਤਾਂ ਪੂਰੀ ਨਹੀਂ ਹੋਣੀ ਜਿੰਨੀ ਵੀ ਜੋ, ਅਤੇ ਜੇ ਤੁਸੀਂ ਆਪਣੀ ਜਿੰਨੀ ਨੌ ਗਜ਼ ਕੱਪੜਾ ਲਿਆਉਂਦੀ ਸੰਗਤ, ਇਹਨਾਂ ਦਾ ਸਰੂਪਾ ਲਿਆਉਂਦੀ ਸੰਗਤ, ਉਹਨਾਂ ਫਿਰ ਕੁਛ ਐਵੇਂ ਪੋਟਿਆਂ 'ਚ ਫਰਕ ਰਹਿ ਜਾਂਦਾ। ਅਤੇ ਇਹ ਇਸ ਜਗ੍ਹਾ ਦੀ ਮਾਨਤਾ ਇੰਨੀ ਆ, ਇਸ ਵੇਲੇ ਹੁਣ ਸਾਲ ਬਾਅਦ ਇੱਥੇ ਮੇਲਾ ਲੱਗਦਾ, ਬਹੁਤ ਹੀ ਮਾਨਤਾ ਹੈ ਇਸ ਵੇਲੇ ਆ, ਕੋਈ ਕਹਿਣ ਦੀ ਲੈਣ, ਦੇਗਾਂ 'ਤੇ ਦੇਗਾਂ ਹਰ ਵੀਰਵਾਰ, ਹਰ ਵੀਰਵਾਰ ਚੜ੍ਹਦੀਆਂ, ਦੋ ਦੋ ਚਾਰ ਚਾਰ ਪੰਜ ਪੰਜ ਸੱਤ ਸੱਤ ਨੇਗਾਂ ਵੀ ਇਕੱਠੀਆਂ ਹੋ ਜਾਂਦੀਆਂ, ਅਤੇ ਬੜੀ ਮਹਾਰਾਜ ਦੀ ਕਿਰਪਾ ਹੈ ਜੀ ਇਹਨਾਂ ਦੀ। ਔਰ ਇਹਦੇ ਵਿੱਚ ਉਹ ਵੀ ਕਈ ਰੰਗਾਂ ਦਾ ਪੈਂਦੇ ਆ, ਇਹਦੇ ਵਿੱਚ ਇਹ ਵੀ ਹੈ ਜੀ ਵੀ ਕੋਈ ਇੱਥੇ ਮਤਭੇਦ ਨਹੀਂ ਹੈ, ਸਭ ਤੋਂ ਵੱਡੀ ਗੱਲ ਹੈ। ਜੋ ਵੀ ਕੋਈ ਪੁਰਾਣੀ ਆ, ਸਿੱਖ ਹੈ, ਸਰਦਾਰ ਹੈ, ਮੋਨਾ ਹੈ, ਪੰਡਿਤ ਹੈ, ਸਭ ਆਉਂਦੇ ਮੱਥਾ ਟੇਕਦੇ ਆ। ਜਿੱਦਾਂ ਪੁੱਛਣਾ ਦੁਬਾਰਾ ਚਾਹਾਂਗਾ ਕਿਉਂਕਿ ਬਹੁਤੇ ਦਰਸ਼ਕ ਸਾਡੇ ਜਾਣਦੇ ਨਹੀਂ, ਨੌ ਗਜ਼ ਯਾਨੀ ਕਿ 27 ਫੁੱਟ ਤੋਂ ਉੱਤੇ ਚਲੇ ਜਾਂਦਾ, 27 ਫੁੱਟ ਦੇ ਕਰੀਬ ਬਾਬਾ ਜੀ ਦੀ ਹਾਈਟ ਮੰਨੀ ਜਾਂਦੀ, ਕੱਦ ਮੰਨਿਆ ਜਾਂਦਾ ਕਿ ਬਾਬਾ ਜੀ ਦੀ ਹਾਈਟ 27 ਫੁੱਟ ਦੇ ਕਰੀਬ ਸੀ ਹੁੰਦੀ ਆ ਜੀ ਇਹ ਤਾਂ। ਪਰ ਅਸੀਂ ਵੀ ਇਸ ਚੀਜ਼ ਨੂੰ ਹੈਰਾਨ ਹਾਂ ਕਿਉਂਕਿ ਸਾਤੋਂ ਬਹੁਤ ਚਿਰ ਪਹਿਲਾਂ ਦੀਆਂ ਗੱਲਾਂ ਇਹੋ, ਅਤੇ ਸਾਨੂੰ ਵੀ ਬਜ਼ੁਰਗ ਇੱਦਾਂ ਹੀ ਦੱਸ ਗਏ ਵੀ ਇਹ ਜਿਹੜੇ 7 ਭਰਾ ਸੀਗੇ ਵੀ ਇਹਨਾਂ ਦੀ ਜਿਹੜੀ ਯਾਨੀ ਕਿ ਜਿੱਦਾਂ ਤੁਸੀਂ ਕਹਿੰਦੇ 9 ਫੁੱਟ ਹਾਈਟ ਸੀ, ਜਾਂ 9 ਫੁੱਟ ਦੇਖ ਲਓ 27 ਫੁੱਟ ਹੋ ਗਈ, 27 ਫੁੱਟ ਹੋ ਗਏ, ਹਾਂਜੀ 9 ਗਜ਼ਾ ਇੱਥੋਂ ਪਿਆ ਇਹਨਾਂ ਦਾ ਨਾਂ। ਅਤੇ ਇਸ ਜਗ੍ਹਾ ਦੀ ਮਾਨਤਾ ਇਸ ਵੇਲੇ ਤਾਂ ਪਰਮਾਤਮਾ ਪੁੱਛੋ ਹੀ ਨਾ ਜੀ, ਆ ਸਾਰੀ ਜਗ੍ਹਾ ਜਿੰਨੀ ਵੀ ਹੈ, ਸਾਰੇ ਪਿੰਡ ਨੇ, ਸਾਰੀ ਪੰਚਾਇਤਾਂ ਨੇ ਆਣ ਕੇ ਇਹਨਾਂ ਨੂੰ ਜੋ ਵੀ ਹੈਗਾ ਇੱਥੇ ਛੱਡਿਆ, ਜਿੰਨੀ ਵੀ ਜਗ੍ਹਾ ਇਹਨਾਂ ਨੂੰ ਦਿੱਤੀ ਆ ਵਧੀਆ ਦਿੱਤੀ ਆ, ਕੋਈ ਐਸੀ ਗੱਲ ਨਹੀਂ ਹੈਗੀ, ਮਾਨਤਾ ਬੜੀ ਹੁੰਦੀ ਆ। ਇਸ ਵੇਲੇ ਕਮੇਟੀ ਕੰਮ ਕਰ ਰਹੀ ਹੈ। ਹਾਂਜੀ ਬਾਬਾ ਜੀ, ਤੁਸੀਂ ਦੱਸ ਰਹੇ ਸੀ ਕਿ ਪਰਿਵਾਰ ਦੇ ਕੋਈ ਸੀਗੇ ਕੋਈ ਇੱਥੇ ਪੁਰਾਣੇ ਸਦੱਸ ਸੀਗੇ ਜਿਹੜੇ ਰਹਿੰਦੇ ਰਹੇ ਆ, ਕੱਚੇ ਮਕਾਨਾਂ ਬਾਰੇ ਗੱਲ ਕਰ ਰਹੇ ਸੀ, ਉਹ ਕੀ? ਦੋ ਭਰਾ ਸੀ ਉਹ ਜੀ, ਦੋਨੇ ਰਹਿੰਦੇ ਸੇਵਾ ਕਰਦੇ ਜੀ, ਇੱਕ ਤਾਂ ਅੱਖਾਂ ਦਾ ਮੰਨਣਾ ਸੀ, ਇੱਕ ਠੀਕ ਸੀਗਾ ਜੀ, ਉਹ ਬੱਚਿਆਂ ਵਾਲਾ ਸੀ ਜੀ, ਸੇਵਾ ਬੜੀ ਸੋਹਣੀ ਕਰਦੇ ਸੀ, ਪਿੱਛੇ ਉੱਥੇ ਖੂਬੀ ਵੀ ਲੱਗੀ ਸੀਗੀ ਜੀ, ਜਗ੍ਹਾ ਵੀ ਸੀਗੀ, ਚਾਰ ਚਾਰ ਕਣੀ ਸਾਂ ਜੀ। ਉਹ ਗੱਲ ਹੈ ਜੀ, ਇਹਨਾਂ ਦੀ ਕੀ ਕਿਹੜੇ ਅੱਗੇ ਲੇਖ ਆ ਜੀ, ਤੁਸੀਂ ਦੱਸ ਰਹੇ ਸੀ ਕਿ ਜਗ੍ਹਾ ਕੱਚੇ ਤੋਂ ਪੱਕੀ ਕੀਤੀ ਗਈ, ਉਹ ਕੀ ਸੀਗਾ ਜੀ? ਉਹ ਜੀ ਉਹ ਤਾਂ ਵੀ ਹੋ ਹੀ ਜਾਂਦਾ, ਉਹਨਾਂ ਨੇ ਕਿਹਾ ਵੀ ਸਾਡੇ ਪਿੰਡ ਦੀ ਤਮੰਨਾ ਸੀ ਨਾ ਜੀ, ਤੇ ਮੈਂ ਸਾਡੇ ਦੇ ਕੁੱਤੇ ਚੜ੍ਹਦੇ ਆ, ਇਹ ਲੋਕੀ ਸੁੱਤੇ ਰਾਮ ਨਾਮ ਮਨ, ਉਹ ਫਿਰ ਆ ਕੇ ਫੜ ਲਿਆ ਭਾਈ, ਖਿਆਲ ਕਰੋ, ਉਹ ਕਹਿੰਦੇ ਅਸੀਂ ਬਣਾਉਂਦੇ ਹਾਂ, ਅਸੀਂ ਫਿਰ ਬਣਾਉਣ ਨੂੰ ਜੇ ਕਿਹਾ ਨਾ, ਇੱਟਾਂ ਵੀ ਲੈਂਦੀ, ਸਭ ਕੁਝ ਲੈਂਦਾ, ਜਿਹੜਾ ਮਿਸਤਰੀ ਲੈਣ ਗਏ ਆਪਣਾ ਸਾਂਝ ਵਾਲਾ ਸੀ, ਅਸੀਂ ਕਿਹਾ ਵੀ ਦੱਸ ਕਿੰਨੇ ਪੈਸੇ ਲਵਾਂਗਾ ਦਿਹਾੜੀ ਦੇ, ਉਹ ਕਹਿੰਦਾ ਵੀ ਕਿੱਥੇ ਕੰਮ ਕਰਾਉਣਾ ਤੁਸੀਂ, ਅਸੀਂ ਕਿਹਾ ਖਾਣਗਾ ਤੇ ਕਿ ਤੋਂ ਕਹਿੰਦਾ ਖਾਣਗਾ ਤੇ ਮੈਂ ਪੈਸੇ ਲਵਾਂ, ਮੈਂ ਭੁੱਖਾ, ਇੰਦਰ ਸਿੰਘ ਸੀ, ਉਹਨੇ ਫਰੀ ਕੀਤਾ, ਇੱਟਾਂ 'ਤੇ ਲਿਆਂਦੀਆਂ ਸੀ,
जानी उन्हें इन्नी ख्याल किया भाई इटा या लाउन दे पैसे लाए ने जी यानी कि मानता इस वेले बहुत मानता है जी बेसाबी मानता जितनी कह लो सारा नगर करता है सारा नगर तो एक पासे रहा जे आले दुआले जिन्ना भी साढ़े पिंड है दुगरी आ इधर मलना आ इधर मोखे आ इधर काला जा मंडा सारे पिंड जिदा भी जो मेला साल बाद लगता क्या इतने कित नज़ारे आ देखो कित कवालियाँ होंदिया बड़िया महाराज की बड़ी कृपा होंगी है जी ते बड़िया छबील इतने फ्री लगदियाँ सब कुछ हाँ जी लंगर पानी जगह के नाम से फिर पिंड का नाम पिया जी इस नगर पास नौगजा जी हाँ जी इतने पिया जी कि पुराना पिंड कहा जा सकता है बाबे जगह पिंड तो हूँ तुम देख लो जी संताली तो पहला सारे पिंड साढ़े जिन्हें भी आ वो तो ऑलरेडी हूँ संताली च आ के होया जो कुछ होया तो पहला तो पिंड मेरे हिसाब ना तो जगह संताली तो पहला दी है जी बोला ला क्या 44 का मेरा जन्म है जी तो संताली तो छड़ के उदू कि मेरे हिसाब ना तो 100 साल पहला हो जी 100 तो भी ज़्यादा होगी क्योंकि साडे जिहड़े बाबे सी वो सानू दस के गए पिया इदा इत्थे पुत इदा इदा कम हुंदा ठीक है इत्थे पहला नाल ही आ गुरद्वारा सी इत्थे स्कूल हुंदा सी बच्चों का इत्थे असीं पढ़े आ 5वीं तक स्कूल साडे पिंड नहीं सीगा फिर इधर आ जाना इधर क्लासा लगन लग पड़िया तो बहुत पुराना पिंड है जी गुरुद्वारा साहब तो पीर जगह हाँ इकट्ठी जैस जैस अं इतने पढ़ते रहे धार्मिक विभिन्नता मैं कह सकता वैसे भी तुम देख सकते हो कि इतने पीर जगह तो अभी खड़े हाँ तो पिछले गुरुद्वारा साहब की इमारत दिख रही है जो शाम को इतने कवालियां चलदियां ने तो सवेर में इतने पहला गुरबाणी का पाठ होंगे कह सकते हो गुरु साहब का प्रकाश किया जाता है तो नगजे पिंड दी तस्वीरां तुहानू दिखा रहे लोगों गलबात कर रहे थे जिन्हें दसना है कि इस बाबा जी बारे मानता है कि इन्हों का 27 फुट तो वध कद सी पर फिलहाल जो इन्हों कफन दफन किया गया कई बार इतने दफन करने तो बाद भी जो चादर है हमेशा छोटी पै जाती सी इस करके इस जगह का नाम नौगजा पीर रखा गया नौगजा पीर तो ही पिंड वसया है नौगजा जिथे असं इस वे मौजूद है इस दे नाल मैनू दी इजाजत होर अपडेट्स लई वेखदे रहो जगबाणी टीवी।